ਅੱਜ ਸਵੇਰ ਦੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਸੀ 18 ਅਗਸਤ ਹੈ ਅੱਜ ਤੇ ਅਸੀਂ ਇੱਕ ਵੀਡੀਓ ਕੀਤੀ ਸੀ ਇੱਕ ਰੀਲ ਕੀਤੀ ਸੀ ਕਿ 18 ਅਗਸਤ ਵਾਲੇ ਦਿਨ ਜ਼ੀਰੋ ਸ਼ੈਡੋ ਡੇ ਹੋਏਗਾ ਯਾਨੀ ਕਿ ਉਸ ਦਿਨ ਪਰਛਾਵਾਂ ਨਹੀਂ ਬਣੇਗਾ ਧਰਤੀ ਦੇ ਉੱਪਰ ਉਸ ਚੀਜ਼ ਨੂੰ ਲੈ ਕੇ ਅੱਜ ਕਈ ਸਾਰੇ ਮੈਸੇਜ ਆ ਰਹੇ ਨੇ ਸਵੇਰ ਤੋਂ ਹੀ ਤਕਰੀਬਨ ਤੁਸੀਂ ਮੰਨ ਕੇ ਚੱਲੋ ਵੀ 6:30 ਵਜੇ ਤੋਂ ਹੀ ਮੈਸੇਜ ਆ ਰਹੇ ਨੇ ਕਿ ਬਾਈ ਜੀ ਪਰਛਾਵਾਂ ਤਾਂ ਅੱਜ ਬਣ ਰਿਹਾ ਤੁਸੀਂ ਵੀਡੀਓ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਅਸੀਂ ਦੇਖ ਰਹੇ ਹਾਂ ਕਿੰਨੇ ਟਾਈਮ ਤੋਂ ਸਾਡਾ ਪਰਛਾਵਾਂ ਬਣ ਰਿਹਾ ਜਿਹੜੇ ਕਿ ਮੈਸੇਜ ਹੁਣ ਤੱਕ ਲਗਾਤਾਰ ਆ ਰਹੇ ਨੇ ਇੰਸਟਾਗ੍ਰਾਮ ਦੇ ਉੱਪਰ ਅਤੇ ਆਪਣੇ ਯੂਟਿਊਬ ਅਤੇ ਫੇਸਬੁੱਕ ਦੇ ਉੱਪਰ ਕਿ ਬਾਈ ਜੀ ਸਾਨੂੰ ਥੋੜ੍ਹੀ ਜਿਹੀ ਇਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਕਿਹਾ ਸੀ ਪਰਛਾਵਾਂ ਨਹੀਂ ਬਣੇਗਾ ਪਰ ਅੱਜ ਪਰਛਾਵਾਂ ਬਣ ਰਿਹਾ ਇਹ ਜਿਹੜਾ ਜ਼ੀਰੋ ਸ਼ੈਡੋ ਡੇ ਆ 25 ਅਪ੍ਰੈਲ ਨੂੰ ਲਾਸਟ ਆ ਕੇ ਗਿਆ ਵਾ ਤੁਸੀਂ ਜਾ ਕੇ ਗੂਗਲ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ 25 ਅਪ੍ਰੈਲ ਲਾਸਟ ਜਿਹੜੀ ਲੰਘ ਕੇ ਗਈ ਆ ਉਸ ਦਿਨ ਵੀ ਜ਼ੀਰੋ ਸ਼ੈਡੋ ਡੇ ਸੀ ਜ਼ੀਰੋ ਸ਼ੈਡੋ ਡੇ ਸਿਰਫ ਇੰਡੀਆ ਦੇ ਵਿੱਚ ਉਹ ਜਗ੍ਹਾ 'ਤੇ ਹੁੰਦਾ ਜਿਹੜੀ ਜਗ੍ਹਾ ਜਾਂ ਸ਼ਹਿਰ ਜਾਂ ਕਹਿ ਦਈਏ ਆਪਾਂ ਸਿਟੀ ਕਹਿ ਦਈਏ ਜਾਂ ਪਿੰਡ ਕਹਿ ਦਈਏ ਜਾਂ ਉਹ ਏਰੀਆ ਕਹਿ ਦਈਏ ਕਕਰ ਅਤੇ ਮਕਰ ਰੇਖਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿਚਕਾਰ ਹੁੰਦਾ ਉੱਥੇ ਹੀ ਸਿਰਫ ਜ਼ੀਰੋ ਸ਼ੈਡੋ ਡੇ ਬਣਦਾ ਅਤੇ ਇਹ ਵੀ ਇੱਦਾਂ ਨਹੀਂ ਕਿ ਸਾਰਾ ਦਿਨ ਹੀ ਉੱਥੇ ਪਰਛਾਵਾਂ ਨਹੀਂ ਬਣਦਾ ਸਿਰਫ ਕੁਛ ਟਾਈਮ ਲਈ ਯਾਨੀ ਕਿ ਜਿੱਦਾਂ ਹੁਣ ਇਹਦੇ ਵਿੱਚੋਂ ਹੈਗੇ ਬੰਗਲੌਰ ਸਿਟੀ ਦੇ ਵਿੱਚ 12:24 ਦੇ ਉੱਤੇ ਅੱਜ ਤੁਸੀਂ ਗੂਗਲ ਕਰ ਲਓ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਉਹਨੂੰ ਆਰਟੀਕਲ ਦਿਖਾਉਣਾ ਸਾਰੇ ਨਿਊਜ਼ ਦੇ ਜਿਹੜੇ ਛਪੇ ਹੋਏ ਆ ਤੁਹਾਨੂੰ ਇਹ ਇੱਦਾਂ ਮੇਰੀ ਜਵਾਨੀ ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਉਹੀ ਮੈਂ ਤੁਹਾਨੂੰ ਦੱਸ ਰਿਹਾ ਬਕਾਇਦਾ ਵਿਦ ਪਰੂਫ ਮੈਂ ਤੁਹਾਨੂੰ ਉਹ ਚੀਜ਼ ਦਿਖਾਊਂਗਾ ਕਿ ਕਿੱਥੇ ਕਿੱਥੇ ਇਹ ਚੀਜ਼ ਕਿੱਥੇ ਕਿੱਥੇ ਜ਼ੀਰੋ ਸ਼ੈਡੋ ਡੇ ਬਣ ਰਿਹਾ ਅਤੇ ਮੇਰਾ ਵੀ ਅੱਜ ਦੀ ਵੀਡੀਓ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ ਕਿ ਮੈਂ ਆਪਣੀ ਰਿਐਕਸ਼ਨ ਵੀਡੀਓ ਦੇਵਾਂ ਤੁਹਾਨੂੰ ਕਿ ਮੈਂ ਜੀ ਤੁਸੀਂ ਇੱਦਾਂ ਕਹਿ ਰਹੇ ਹੋ ਆਏ ਹੋ ਰਿਹਾ ਜੇ ਮੈਂ ਅੱਜ ਤੱਕ ਆਪਣੀ ਵੀਡੀਓ 'ਤੇ ਕਦੇ ਕਿਸੇ ਵੀਡੀਓ 'ਤੇ ਰਿਐਕਸ਼ਨ ਨਹੀਂ ਦਿੱਤਾ ਤੁਹਾਨੂੰ ਸਹੀ ਲੱਗਦਾ ਲੱਗੇ ਨਹੀਂ ਲੱਗਦਾ ਤੁਹਾਡੀ ਮਰਜ਼ੀ ਤੁਹਾਡੀ ਇੱਛਾ ਤੁਸੀਂ ਬਹੁਤ ਸਮਝਦਾਰ ਹੋ ਤੁਸੀਂ ਮੇਰੀ ਗੱਲ 'ਤੇ ਨਾ ਯਕੀਨ ਕਰੋ ਗੂਗਲ ਤਾਂ ਕਰ ਲਿਆ ਕਰੋ ਗੂਗਲ ਹਰ ਤੁਸੀਂ ਕਮੈਂਟ ਟਾਈਪ ਕਰਦੇ ਹੋ ਉਹਦੇ ਵਿੱਚ ਟਾਈਮ ਲੱਗਦਾ ਉਹਨਾਂ ਟਾਈਮ ਤੁਸੀਂ ਗੂਗਲ 'ਤੇ ਜਾ ਕੇ ਟਾਈਪ ਕਰੋ ਤੁਹਾਨੂੰ ਵੀ ਕੋਈ ਜਾਣਕਾਰੀ ਮਿਲੇ ਇੱਦਾਂ ਤਾਂ ਮੈਂ ਕਹਿੰਦਾ ਕੱਲ੍ਹ ਨੂੰ ਕੋਈ ਹੋਰ ਆ ਕੇ ਕੁਛ ਕਹਿ ਦਿਉ ਠੀਕ ਹੈ ਨਾ ਤੁਸੀਂ ਉਹਦੇ ਦੁਆਲੇ ਪੁੱਛੋਗੇ ਵੀ ਬਾਈ ਹੁਣ ਤਾਂ ਆਹ ਚੀਜ਼ ਹੋਈ ਨਹੀਂ ਪਹਿਲਾਂ ਗੂਗਲ ਕਰ ਲਓ ਉਸ ਚੀਜ਼ ਨੂੰ ਵੀ ਗੂਗਲ ਕੀ ਕਹਿੰਦੀ ਆ ਜਿੰਨਾ ਟਾਈਮ ਆਪਾਂ ਨੂੰ ਕਮੈਂਟ ਕਰਨ ਨੂੰ ਲੱਗਦਾ ਉਸ ਤੋਂ ਮੇਰੇ ਖਿਆਲ ਅੱਧਾ ਟਾਈਮ ਹੀ ਲੱਗਦਾ ਹੋਊ ਜੇਕਰ ਆਪਾਂ ਗੂਗਲ ਕਰੀਏ ਇਕੱਲੀ ਮੇਰੀ ਚੀਜ਼ ਨਹੀਂ ਹਰ ਕੋਈ ਗੱਲ ਜਿਹੜੀ ਵੀ ਤੁਹਾਨੂੰ ਕੋਈ ਕਹਿੰਦਾ ਉਹਨੂੰ ਗੂਗਲ ਕਰਕੇ ਦੇਖਿਆ ਕਰੋ ਪਹਿਲਾਂ ਵੀ ਬਕਾਇਦਾ ਇਹ ਚੀਜ਼ ਦਾ ਕੋਈ ਤੱਥ ਹੈਗਾ ਜਾਂ ਇਹ ਗੱਲ ਹਵਾ ਦੇ ਵਿੱਚ ਹੀ ਬੋਲੀ ਜਾ ਰਹੀ ਆ ਠੀਕ ਹੈ ਜੀ 2023 ਦੇ ਵਿੱਚ ਇੱਕ 25 ਅਪ੍ਰੈਲ ਨੂੰ ਬਣ ਕੇ ਹੋਇਆ ਸੀ ਜ਼ੀਰੋ ਸ਼ੈਡੋ ਡੇ ਅਤੇ ਇੱਕ ਅੱਜ ਆ 12:24 ਦੇ ਉੱਪਰ ਬੰਗਲੌਰ ਦੇ ਵਿੱਚ ਜ਼ੀਰੋ ਸ਼ੈਡੋ ਡੇ ਆ ਜਿੱਥੇ 2.5 ਤੋਂ 3 ਮਿੰਟ ਲਈ ਪਰਛਾਵਾਂ ਗਾਇਬ ਹੋ ਜਾਏਗਾ ਕੋਈ 2.5 ਤੋਂ 3 ਮਿੰਟ ਜਾਂ ਲਾ ਲਓ 2 ਤੋਂ 1.5 ਮਿੰਟ ਸਿਰਫ ਇੰਨੇ ਟਾਈਮ ਦੇ ਲਈ ਪਰਛਾਵਾਂ ਗਾਇਬ ਨਹੀਂ ਜਾਣੀ ਕਿ ਸੂਰਜ ਬਿਲਕੁਲ ਉੱਪਰ ਆ ਜਾਂਦਾ ਗਾਇਬ ਦਾ ਮਤਲਬ ਕਿ ਪੈਰਾਂ ਦੇ ਵਿੱਚ ਹੀ ਉਹ ਜਿਹੜਾ ਤੁਹਾਡਾ ਹੋਊਗਾ ਸ਼ੈਡੋ ਉਹਦਾ ਹੀ ਪਰਛਾਵਾਂ ਰਹੇਗਾ ਜੇਕਰ ਤੁਸੀਂ ਇੱਦਾਂ ਸੋਟੀ ਨੂੰ ਜਾਂ ਕਹਿ ਦਿਓ ਕਿਸੇ ਡੰਡੇ ਨੂੰ ਇੱਦਾਂ ਖੜਾ ਕਰੋਗੇ ਤਾਂ ਉਹਦਾ ਪਰਛਾਵਾਂ ਇੱਧਰ ਉੱਧਰ ਨਹੀਂ ਹੋਵੇਗਾ ਬਿਲਕੁਲ ਥੱਲੇ ਹੋਵੇਗਾ ਤਾਂ ਥੱਲੇ ਦਾ ਮਤਲਬ ਕਿੰਨਾ ਕੁ ਬਣ ਜਾਏਗਾ ਹੁਣੇ ਨਹੀਂ ਪਰਛਾਵਾਂ ਉਹ ਸਿਰਫ ਕੁਛ ਕੁ ਸਮੇਂ ਲਈ ਹੁੰਦਾ ਹੈ ਇਹ ਚੀਜ਼ ਨੂੰ ਜ਼ੀਰੋ ਸ਼ੈਡੋ ਡੇ ਕਿਹਾ ਜਾਂਦਾ ਹੈ ਹੋਰ ਇੱਦਾਂ ਨਹੀਂ ਕਿ ਸਾਰਾ ਦਿਨ ਹੀ ਪਰਛਾਵਾਂ ਨਹੀਂ ਰਹਿੰਦਾ ਜਾਂ ਐਂ ਨਹੀਂ ਰਹਿੰਦਾ ਪਰਛਾਵਾਂ ਉਹ ਤੁਸੀਂ ਆਪ ਸਮਝਦਾਰ ਹੋ ਧਰਤੀ ਘੁੰਮਦੀ ਹੈ ਇੱਦਾਂ ਕਿੱਦਾਂ ਹੋ ਸਕਦਾ ਕਿ ਸਾਰਾ ਦਿਨ ਹੀ ਨਾ ਪਰਛਾਵਾਂ ਬਣੇ ਠੀਕ ਹੈ ਜੀ ਕੁਛ ਕੁ ਸਮੇਂ ਲਈ ਹੁੰਦਾ ਅਤੇ ਮੈਨੂੰ ਜੇ ਮੈਂ ਇਹ ਚੀਜ਼ 'ਤੇ ਪੂਰੇ ਇੱਕ ਵੀਡੀਓ ਬਣਾਵਾਂ ਨਾ 50 ਮਿੰਟ ਦੀ ਵੀਡੀਓ ਬਣ ਜਾਏਗੀ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਸੀ ਕਿ ਇਸ ਦਿਨ ਇਹ ਚੀਜ਼ ਇੱਕ ਰੀਲ ਸੀ ਉਹ ਰੀਲ ਦੇ ਵਿੱਚ ਮੈਂ ਤੁਹਾਨੂੰ ਮੇਰੇ ਖਿਆਲ 3 ਤੋਂ ਪਤਾ ਨਹੀਂ 4 ਫੈਕਟ ਦੱਸੇ ਸੀਗੇ ਰੀਲ ਦੇ ਵਿੱਚ ਮੈਂ ਕਿੰਨਾ ਕੁ ਐਕਸਪਲੇਨ ਕਰ ਦਿੰਦਾ ਜੇਕਰ ਮੈਂ ਪੂਰਾ ਜਮ੍ਹਾਂ ਇਹ ਚੀਜ਼ ਦੇ ਉੱਪਰ ਹੀ 50 ਤੋਂ 60 ਮਿੰਟ ਦੀ ਇੱਕ ਵੀਡੀਓ ਅਲੱਗ ਤੋਂ ਬਣ ਜਾਏਗੀ ਜਿਹੜੀ ਤੁਸੀਂ ਕਿਸੇ ਨੇ ਨਹੀਂ ਦੇਖਣੀ ਜਦੋਂ ਵੀ ਮੈਂ ਡੰਘਾਈ 'ਚ ਜਾ ਕੇ ਦੱਸੂ ਭਾਈ ਕਰਕ ਰੇਖਾ ਅਤੇ ਮਕਰ ਰੇਖਾ ਇਹ ਹੁੰਦੀ ਆ ਇੰਨੇ 'ਤੇ ਸੂਰਜ 'ਇੰਨੀ ਡਿਗਰੀ 'ਤੇ ਜਦੋਂ ਝੁਕਦਾ ਧਰਤੀ 1 ਡਿਗਰੀ 'ਤੇ ਝੁਕੀ ਹੁੰਦੀ ਹੈ ਇਹ ਹੁੰਦਾ ਉਹ ਚੀਜ਼ ਹੁੰਦੀ ਆ ਉਹ ਤੁਸੀਂ ਜੇਕਰ ਦੇਖਣਾ ਤੁਸੀਂ ਗੂਗਲ ਕਰ ਲਓ ਉਹ ਚੀਜ਼ ਨੂੰ ਤੁਹਾਨੂੰ ਪੂਰਾ ਉਹਦੇ ਵਿੱਚ ਕਲੈਰੀਫਾਈ ਤੁਹਾਨੂੰ ਹੋ ਜਾਏਗਾ ਵੀ ਕਿੱਦਾਂ ਇਹ ਸਭ ਕੁਝ ਕਿੱਦਾਂ ਹੋਣਾ ਵਾ ਤੁਸੀਂ ਉਹ ਚੀਜ਼ ਪਹਿਲਾਂ ਕਰਕੇ ਫਿਰ ਤੁਸੀਂ ਮੈਨੂੰ ਪੁੱਛੋ ਵੀ ਹਾਂਜੀ ਇਹ ਚੀਜ਼ ਬਾਈ ਤੁਸੀਂ ਕਹੀ ਸੀ ਤੁਸੀਂ ਨਹੀਂ ਹੋ ਰਹੀ ਮੈਂ ਤੁਹਾਨੂੰ ਦੱਸਦਾ ਸੀ ਕਿ ਇੰਡੀਆ ਦੇ ਵਿੱਚ ਬਣੇਗਾ ਮੇਰੀ ਅੱਗੇ ਵੀ ਕਿਸੇ ਵੀਡੀਓ ਦੇ ਤੁਹਾਨੂੰ ਲੱਗੇ ਵੀ ਇਹ ਗਲਤ ਆ ਤੁਸੀਂ ਪਹਿਲਾਂ ਗੂਗਲ ਕਰ ਲਿਆ ਕਰੋ ਮੈਂ ਲਾਸਟ ਵਾਰ ਆ ਰਿਐਕਸ਼ਨ ਵੀਡੀਓ ਦੇ ਰਿਹਾ ਕਿਉਂਕਿ ਮੇਰੀ ਆਦਤ ਨਹੀਂ ਕਿ ਤੁਸੀਂ ਮੈਂ ਤੁਸੀਂ ਕਹੋ ਅਤੇ ਮੈਂ ਤੁਹਾਨੂੰ ਵਾਰ ਵਾਰ ਕੇ ਉਹ ਚੀਜ਼ ਮੈਂ ਰਿਪੀਟ ਕਰਕੇ ਕਿ ਮੈਂ ਦੱਸੀ ਜਾਵਾਂ ਕਿ ਇੱਦਾਂ ਨਹੀਂ ਜੀ ਐਂ ਹੁੰਦਾ ਐਂ ਹੁੰਦਾ ਲਾਸਟ ਵੀਡੀਓ ਅੱਜ ਤੋਂ ਬਾਅਦ ਮੈਂ ਇੱਦਾਂ ਦੀ ਕੋਈ ਵੀ ਆਪਣੀ ਵੀਡੀਓ 'ਤੇ ਰਿਐਕਸ਼ਨ ਵੀਡੀਓ ਨਹੀਂ ਬਣਾਊਂਗਾ ਤੁਹਾਨੂੰ ਠੀਕ ਲੱਗੇ ਬਹੁਤ ਵਧੀਆ ਨਹੀਂ ਲੱਗੇ ਤੁਸੀਂ ਮੇਰਾ ਚੈਨਲ ਅਨਫੋਲੋ ਕਰ ਦਿਓ ਕਿਉਂਕਿ ਮੈਂ ਜੇਕਰ ਮੈਨੂੰ ਅੱਜ ਇੱਕ ਹੋਰ ਵੀਡੀਓ ਕਰਨੀ ਸੀ ਮੈਨੂੰ ਮਜਬੂਰੀ ਦੇ ਵਿੱਚ ਤੁਹਾਨੂੰ ਇਹ ਵੀਡੀਓ ਕਰਨੀ ਪੈ ਰਹੀ ਆ ਠੀਕ ਹੈ ਜੀ ਅਤੇ ਮੇਰਾ ਟਾਈਮ ਵੀ ਵੇਸਟ ਹੁੰਦਾ ਤੁਹਾਡਾ ਤਾਂ ਹੁੰਦਾ ਹੀ ਆ ਮੇਰਾ ਵੀ ਹੁੰਦਾ ਵਾ ਇਸ ਚੀਜ਼ ਦੇ ਵਿੱਚ ਕਿ ਮੈਂ ਤੁਹਾਨੂੰ ਕਲੈਰੀਫਿਕੇਸ਼ਨ ਦੇਈ ਚੱਲਾਂ ਕਿ ਆਏ ਨਹੀਂ ਜੀ ਆਏ ਆ ਤੁਸੀਂ ਗੂਗਲ ਕਰ ਲਿਆ ਕਰੋ ਉਹ ਚੀਜ਼ ਨੂੰ ਸਾਰਾ ਤੁਹਾਡੇ ਹੱਥ 'ਚ ਫੋਨ ਆ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਤਾਂ ਹੀ ਤੁਸੀਂ ਇਹ ਚੀਜ਼ਾਂ 'ਚ ਕਰ ਰਹੇ ਹੋ ਚਲਾ ਰਹੇ ਹੋ ਅਨਪੜ੍ਹ ਬੰਦਾ ਤਾਂ ਇਹ ਚੀਜ਼ਾਂ ਕਰ ਹੀ ਨਹੀਂ ਸਕਦਾ ਤੁਸੀਂ ਮੇਰੇ ਵੀਰ ਗੂਗਲ ਕਰ ਲਿਆ ਕਰੋ ਨਾਸਾ ਦਾ ਪੇਜ ਖੋਲ ਲਿਆ ਕਰੋ ਇੰਡੀਆ ਦੇ ਜਿਹੜੀ ਆਪਣੀ ਇਸਰੋ ਉਹਦੇ ਪੇਜ 'ਤੇ ਜਾ ਕੇ ਦੇਖ ਤੁਸੀਂ ਦੇਖ ਲਿਆ ਕਰੋ ਤੁਹਾਨੂੰ
ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਜੇ ਮੈਂ ਚਾਹਵਾਂ ਤਾਂ ਇੱਥੇ ਇੱਕ 60 ਮਿੰਟ ਦੀ ਵੀਡੀਓ ਬਣ ਜਾਏਗੀ। ਹੁਣ ਤੁਸੀਂ ਆਪ ਹੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਪਹਿਲਾਂ ਆਰਟੀਕਲ ਦੇਖ ਲਿਓ ਅਤੇ ਫਿਰ ਆਪਾਂ ਗੱਲ ਕਰਦੇ ਹਾਂ। ਅਤੇ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਕਿ ਤੁਸੀਂ ਕਮੈਂਟ ਵੀ ਟਾਈਪ ਕਰ ਦਿਓ, ਇੰਨਾ ਟਾਈਮ ਤੁਸੀਂ ਗੂਗਲ 'ਤੇ ਜਾ ਕੇ ਲਾ ਲਿਆ ਕਰੋ, ਉੱਥੋਂ ਤੁਹਾਨੂੰ ਪੂਰੀ ਸਹੀ ਜਾਣਕਾਰੀ ਮਿਲਦੀ। ਹੁਣ ਤੁਸੀਂ ਮੇਰੀ ਜਵਾਨੀ 'ਤੇ ਨਾ ਜਾਓ, ਹੁਣ ਮੈਂ ਤੁਹਾਨੂੰ ਉਹ ਆਰਟੀਕਲ ਦਿਖਾਉਣਾ ਜਿਨ੍ਹਾਂ ਦੇ ਵਿੱਚ ਇਹ ਚੀਜ਼ ਨੂੰ ਕਿਹਾ ਗਿਆ ਅਤੇ ਅੱਜ ਹੋ ਰਹੀ ਹੈ ਅਤੇ 25 ਅਪ੍ਰੈਲ ਨੂੰ ਪਹਿਲਾਂ ਹੋ ਕੇ ਗਈ ਆ। ਹੁਣ ਮੈਂ ਤੁਹਾਨੂੰ ਆਰਟੀਕਲ ਦਿਖਾਉਣਾ ਅਤੇ ਤੁਸੀਂ ਆਰਟੀਕਲ ਦੇਖੋ। ਤੁਸੀਂ ਜੇਕਰ ਇਹ ਚੀਜ਼ ਨੂੰ ਚੈੱਕ ਕਰਨਾ ਤਾਂ ਤੁਸੀਂ ਆਪਣੀ ਗੂਗਲ ਦੇ ਉੱਪਰ ਜਾ ਕੇ ਟਾਈਪ ਕਰੋ 0 Shadow Day in India 2023 ਆਰਟੀਕਲ, ਇੱਦਾਂ ਕਰ ਲਓ ਜਾਂ ਇੰਨਾ ਵੀ ਲੈ ਦਿਓ 0 Shadow Day in India 2023। ਉਸ ਤੋਂ ਬਾਅਦ ਪਹਿਲਾ ਆਰਟੀਕਲ ਨਿਕਲੂਗਾ NDTV ਦਾ, ਆ ਜਿਹੜਾ ਤੁਸੀਂ ਦੇਖ ਰਹੇ ਹੋ, ਬੰਗਲੌਰ ਗੇਅਰ ਅਪ ਯੂਰ ਸ਼ੈਡੋ ਡੇ ਆਲ ਯੂ ਨੀਡ ਟੂ ਨੋ। ਠੀਕ ਹੈ ਜੀ, ਇਹ ਆਰਟੀਕਲ ਦੇ ਵਿੱਚ ਸਾਰਾ ਦੱਸਿਆ, ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਪਰਛਾਵੇਂ। ਇਹ ਉੱਥੇ ਬਕਾਇਦਾ ਤਿਆਰੀ ਚੱਲ ਰਹੀ ਹੈ ਬੰਗਲੌਰ ਦੇ ਵਿੱਚ ਕਿੰਨੇ ਦਿਨਾਂ ਤੋਂ, ਇੱਦਾਂ ਤੁਸੀਂ ਖੜ੍ਹੇ ਹੋਵੋਗੇ ਇਸ ਤਰ੍ਹਾਂ ਦਾ ਪਰਛਾਵਾਂ ਤੁਹਾਡਾ ਧਰਤੀ ਦੇ ਉੱਪਰ ਬਣੇਗਾ। ਤੁਸੀਂ ਦੇਖੋਗੇ ਬੱਚਿਆਂ ਦੇ ਜਿਹੜੇ ਆ ਬੱਚੇ ਖੜ੍ਹੇ ਨੇ ਉਹਨਾਂ ਦਾ ਪਰਛਾਵਾਂ ਉਹਨਾਂ ਦੇ ਪੈਰਾਂ ਦੇ ਵਿੱਚ, ਸਿਰਫ ਤੁਸੀਂ ਆਲੇ ਦੁਆਲੇ ਕੋਈ ਸ਼ੈਡੋ ਨਹੀਂਗਾ ਅਤੇ ਆ ਥੱਲੇ ਪੂਰਾ ਲਿਖਿਆ ਹੋਇਆ ਅਤੇ ਕਿੱਦਾਂ ਇਹ 0 Shadow Day ਬਣਦਾ 12:24 'ਤੇ 2 Day। ਠੀਕ ਹੈ ਜੀ, 18 ਅਗਸਤ। ਠੀਕ ਹੈ ਜੀ, ਇਹ ਚੀਜ਼ ਆ ਹੈਗਾ NDTV ਦਾ ਇਹ ਆਰਟੀਕਲ ਆ। ਠੀਕ ਹੈ ਜੀ, ਇਹ NDTV ਦਾ ਆਰਟੀਕਲ ਆ। ਆ ਹੈਗਾ ਜੀ ਫਰੀ ਪ੍ਰੈਸ ਜਰਨਲ, ਇਹਦੇ ਵਿੱਚ ਵੀ ਉਹੀ ਸੇਮ ਆਰਟੀਕਲ ਆ। ਆ ਉੱਪਰ ਤੁਸੀਂ ਪੜ੍ਹ ਸਕਦੇ ਹੋ ਅਤੇ ਕੀ ਲਿਖਿਆ 0 Shadow Day ਦਿਸ ਇੰਡੀਅਨ ਸਿਟੀ ਇਜ਼ ਵਿਟਨੈਸ ਦਾ ਐਸਟਰੋ ਈਵੈਂਟ ਆਫ ਸੈਕਿੰਡ ਟਾਈਮ ਇਨ 2023, ਵੀ 2023 ਦੇ ਵਿੱਚ ਦੂਜੀ ਵਾਰ ਇਹ ਚੀਜ਼ ਹੋ ਰਹੀ ਆ ਅਤੇ ਇਹ ਬੰਗਲੌਰ ਦੇ ਵਿੱਚ ਹੋ ਰਹੀ ਆ। ਠੀਕ ਹੈ ਜੀ, 18 ਅਗਸਤ, ਇੱਥੇ ਆ ਦੇਖ ਲਓ ਡੇਟ ਲਿਖੀ ਹੋਈ ਆ 18 ਅਗਸਤ, ਇਸ ਦਿਨ ਇਹ 0 Shadow Day ਹੋ ਰਿਹਾ। ਚਲੋ ਠੀਕ ਹੈ, ਇਸ ਤੋਂ ਅੱਗੇ ਚੱਲਦੇ ਆਪਾਂ 0 Shadow Day। ਇਹ ਆ ਗਿਆ ਜੀ ਬੰਗਲੌਰ ਡੋ ਅਬਜ਼ਰਵ 0 ਆਰਟੀਕਲ, ਇਹ ਵੀ ਇੱਕ ਆਰਟੀਕਲ ਆਇਆ ਹੋਇਆ, ਇਹਦੇ ਵਿੱਚ ਵੀ ਉਹੀ ਸੇਮ ਤਸਵੀਰ ਆ 12:24 ਦਾ, ਇਹਦੇ ਵਿੱਚ ਵੀ ਟਾਈਮ ਦੱਸਿਆ ਗਿਆ ਇਹ ਬੰਗਲੌਰ ਦਾ ਕੋਈ ਲੋਕਲ ਚੈਨਲ ਆ ਉਸ ਦਾ। ਅਤੇ ਆਪਾਂ ਇਹ ਹੈਗਾ ਕਿੰਨਾ ਦਾ ਇੱਕ ਆ ਗਿਆ ਜੀ ਜੀ ਨਿਊਜ਼, ਇਸ ਤੋਂ ਬਾਅਦ ਆ ਗਿਆ ਆਪਾਂ ਜੀ ਨਿਊਜ਼ 'ਤੇ, ਇਹਦੇ ਵਿੱਚ ਵੀ ਸੇਮ ਦੱਸਿਆ ਗਿਆ 0 Shadow Day ਬੰਗਲੌਰ ਟੂ ਵਿਟਨ ਦਿਸ ਐਸਟ੍ਰੋਨੈਟ ਮਰੈਕਲ ਓਨ ਮੈਰੇਕਲ ਓਨ ਅਗਸਤ 2018, ਵੀ ਅਗਸਤ 2018 ਦੇ ਵਿੱਚ 0 Shadow Day ਬਣ ਜਾ ਰਿਹਾ। ਅਤੇ ਬਕਾਇਦਾ ਬੰਗਲੌਰ ਦੇ ਵਿੱਚ ਇਸ ਦਿਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ। ਸਾਰਾ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਇੰਨੇ ਅਨਪੜ੍ਹ ਨਹੀਂ, ਜੇਕਰ ਤੁਸੀਂ ਫੋਨ ਚਲਾ ਸਕਦੇ ਹੋ, ਸਭ ਕੁਝ ਚਲਾ ਸਕਦੇ ਹੋ, ਕਮੈਂਟ ਟਾਈਪ ਕਰ ਸਕਦੇ ਹੋ, ਤਾਂ ਇਹ ਚੀਜ਼ਾਂ ਤੁਹਾਡੀਆਂ ਉਂਗਲਾਂ ਤੋਂ ਦੂਰ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਆਪ ਸਿਆਣੇ ਬਣੋ, ਮੇਰੇ ਅੱਗੇ ਦੇ ਪਿੱਛੇ ਨਾ ਲੱਗੋ। ਟਾਈਮਸ ਨਾਓ ਦੀ ਰਿਪੋਰਟ ਆ, ਉਹਨਾਂ ਦਾ ਆਰਟੀਕਲ ਆ, ਆਹ ਦੇਖੋ ਇਹਦੇ ਵਿੱਚ ਉਹਨਾਂ ਨੇ ਬਣਾਇਆ ਹੋਇਆ, ਸਾਰਾ ਦੱਸਿਆ ਹੋਇਆ ਵੀ ਕਿੱਦਾਂ 0 Shadow Day ਹੁੰਦਾ, ਕੀ ਇਹਦੇ ਵਿੱਚ ਹੁੰਦਾ ਵਾ। ਠੀਕ ਹੈ, ਤੁਸੀਂ ਇਹਨਾਂ ਦਾ ਪੂਰਾ ਆਰਟੀਕਲ ਇੱਥੇ ਜਾ ਕੇ ਕਲਿੱਕ ਕਰਕੇ ਪੜ੍ਹ ਸਕਦੇ ਹੋ, ਜੇ ਮੇਰਾ ਤਾਂ ਪੜ੍ਹਿਆ ਹੋਇਆ, ਜੇਕਰ ਤੁਹਾਨੂੰ ਲੱਗਦਾ ਵੀ ਹਾਂ ਜੀ, ਤਾਂ ਤੁਸੀਂ ਇਹਦੇ ਵਿੱਚ ਜਾ ਕੇ ਪੂਰਾ ਇਹ ਚੀਜ਼ ਨੂੰ ਪੜ੍ਹ ਸਕਦੇ ਹੋ, ਇਹਦੇ ਵਿੱਚ ਕੀ ਚੀਜ਼ ਦੱਸੀ ਗਈ ਆ। ਠੀਕ ਹੈ ਜੀ, ਇਹ ਸੀਗਾ ਜੀ ਸਾਰਾ ਉਹ ਤਾਮ ਜਾਮ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਬਾਈ ਜੀ ਇੱਦਾਂ ਨਹੀਂ ਇੱਦਾਂ ਨਹੀਂ, ਇਹ ਸਾਰੇ ਆਰਟੀਕਲ ਨੇ। ਆਹ ਜੇਕਰ ਤੁਸੀਂ ਹਿੰਦੀ 'ਚ ਦੇ ਵਿੱਚ ਦੇਖਣਾ ਤਾਂ ਹਿੰਦੀ ਦੇ ਵਿੱਚ ਦੇ ਸਕਦੇ ਹੋ। ਇਹਦੇ ਵਿੱਚ ਲਿਖਿਆ ਬੰਗਲੌਰ ਇਸ ਸਾਲ ਦੂਸਰੀ ਵਾਰ ਯਾਨੀ ਆਜ ਸ਼ੁੱਕਰਵਾਰ 18 ਅਗਸਤ ਕੋ 2 ਮਿੰਟ ਤੱਕ ਆਪਣੀ ਪਰਛਾਈ ਕੋ ਅਟਖੇਲੀਆਂ ਕਰਤੇ ਦਿਖੇਗਾ। ਬੰਗਲੌਰ ਮੇਂ ਆਜ ਲੋਗੋ ਕੋ ਕੁਛ ਦੇਰ ਕੇ ਲਈ ਧੂਪ ਮੇਂ ਹੋਣੇ ਕੇ ਬਾਵਜੂਦ ਵੀ ਆਪਣੀ ਪਰਛਾਈ ਉਹਨੇ ਨਹੀਂ ਦਿਖੇਗੀ। ਐਸਾ ਇਸ ਲਈ ਹੈ ਕਿਉਂਕਿ ਆਜ 0 Shadow Day ਹੈ, ਯਾਨੀ ਕਿ ਸ਼ੂਨੇ ਪਰਛਾਵੇਂ ਵਾਲਾ ਦਿਨ ਹੈ। ਠੀਕ ਹੈ ਜੀ, 0 Shadow Day 2023 ਯਾਨੀ ਕੁਛ ਪਰਛਾ ਕੁਛ ਟਾਈਮ ਕੇ ਲਈ ਪਰਛਾਈ ਆਪਕਾ ਸਾਥ ਛੋੜ ਦੇਗੀ। ਐਸੇ ਆ ਜੀ ਜਾਗਰਣ ਆ, ਦੂਜੇ ਜੀ ਬਿਜਨਸ, ਜੀ ਨਿਊਜ਼, TV 18, ਪ੍ਰਭਾਤ ਖਬਰ, ਸਾਰੇ ABP ਨਿਊਜ਼, ਇਹ ਸਾਰੇ ਚੈਨਲਾਂ ਦਾ ਪਾਇਆ ਹੋਇਆ ਡੇਲੀ ਮੋਸ਼ਨ। ਤੁਸੀਂ ਇਹਨਾਂ 'ਤੇ ਜਾ ਕੇ ਜੇਕਰ ਤੁਸੀਂ ਹਿੰਦੀ 'ਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ, ਪੰਜਾਬੀ ਦੇ ਵਿੱਚ ਮੇ ਵੀ ਤੁਸੀਂ ਕਰ ਸਕਦੇ ਹੋ। ਠੀਕ ਆ ਜੀ, ਇਹ ਉਹ ਸਾਰਾ ਤਾਮ ਜਾਮ ਆ ਜਿਹਨੂੰ ਲੈ ਕੇ ਤੁਹਾਡੇ ਸਰੀਰ ਦੇ ਮੈਸੇਜ ਆ ਰਹੇ ਸੀ। ਆਹ ਆਰਟੀਕਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪੂਰਾ ਇਹਦੇ ਵਿੱਚ ਡਿਟੇਲ ਦੇ ਨਾਲ ਸਮਝਾਇਆ ਗਿਆ, ਹਿੰਦੀ ਦੇ ਵਿੱਚ ਆਈ, ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਸੀਂ ਹਿੰਦੀ 'ਚ ਪੜ੍ਹ ਸਕਦੇ ਹੋ। ਅਤੇ ਇਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਕਿੱਦਾਂ 0 Shadow Day ਹੁੰਦਾ, ਕਿੰਨੇ ਟਾਈਮ ਲਈ ਹੁੰਦਾ ਸਾਰਾ ਉਹ ਆਰਟੀਕਲ, ਕਿੰਨੇ ਡਿਗਰੀ 'ਤੇ ਸੂਰਜ ਝੁਕਿਆ ਹੁੰਦਾ ਵਾ, ਕੱਕਰ ਅਤੇ ਮਕਰ ਰੇਖਾ ਕਿੱਥੇ ਹੁੰਦੀ ਹੈ, ਪੂਰੇ ਆਰਟੀਕਲ ਦੇ ਵਿੱਚ ਪੂਰਾ ਸਮਝਾਇਆ ਗਿਆ ਵਾ। ਇਹ ਆ ਜੀ ਸਾਰਾ ਤਾਮ ਜਾਮ ਬ੍ਰਦਰ, ਇਹ ਸਾਰਾ ਕੁਛ ਹੁੰਦਾ। ਅਤੇ ਮੇਰੇ ਹਿਸਾਬ ਨਾਲ ਹੁਣ ਤੁਹਾਨੂੰ ਸਮਝ ਲੱਗ ਹੀ ਗਿਆ ਹੁਣ ਮੇਰਾ ਕਹਿਣ ਦਾ ਮਤਲਬ ਕੀ ਆ। ਜੇ ਹੁਣ ਵੀ ਤੁਹਾਡੇ ਕੋਈ ਸਵਾਲ ਨੇ ਤਾਂ ਅਫਸੋਸ ਆ ਮੈਨੂੰ ਕਿ ਮੈਂ ਨਹੀਂ ਜਵਾਬ ਦੇ ਸਕੂੰਗਾ, ਕਿਉਂਕਿ ਮੈਂ ਇੰਨਾ 'ਚ ਇੱਕ ਇੱਕ ਚੀਜ਼ ਨੂੰ ਜਾ ਕੇ ਕਰਨ ਲੱਗ ਗਿਆ ਆਪਣੀ ਵੀਡੀਓ ਦੇ ਵਿੱਚ, ਤਾਂ ਮੈਂ ਨਹੀਂ ਉਹ ਚੀਜ਼ਾਂ ਨੂੰ ਇਹੀ ਕੰਮ 'ਤੇ ਰਹਿ ਜੂੰਗਾ ਕਿ ਤੁਸੀਂ ਪੁੱਛੋਗੇ ਅਤੇ ਮੈਂ ਤੁਹਾਨੂੰ ਉਹ ਚੀਜ਼ ਨੂੰ ਲੈ ਕੇ ਦੱਸੀ ਜਾਊਂਗਾ। ਠੀਕ ਹੈ ਜੀ, ਇਹ ਕੁਛ ਕੁ ਚੀਜ਼ਾਂ ਸੀ ਜਿਹੜੀਆਂ ਮੈਨੂੰ ਲੱਗੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ, ਕਿਉਂਕਿ ਤੁਹਾਡੇ ਵਿੱਚੋਂ ਬਹੁਤ ਜਣਿਆਂ ਦੀ ਚੀਜ਼ ਨੂੰ ਲੈ ਕੇ ਮੈਸੇਜ ਆ ਰਹੇ ਸੀ। ਅਤੇ ਮੇਰਾ ਵੀਰੇ ਸਾਰਾ ਸਿਸਟਮ ਆਏ ਆ ਅਤੇ ਤੁਸੀਂ ਮੈਨੂੰ ਲੱਗ ਗਿਆ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਇਹਦੇ ਵਿੱਚ ਹੁਣ ਕੋਈ ਨਹੀਂ ਤੁਹਾਡੇ ਦੇ ਮਨ 'ਚ ਕੋਈ ਡਾਊਟ ਰਿਹਾ ਹੋਣਾ, ਅੱਗੇ ਤੋਂ ਵੀ ਕੋਈ ਚੀਜ਼ ਹੁੰਦੀ ਉਹਨੂੰ ਪਹਿਲਾਂ ਗੂਗਲ ਕਰ ਲਿਆ ਕਰੋ। ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਇੰਨਾ ਸਮਾਂ ਦਿੱਤਾ ਆਪਣਾ।